ਜੀ ਮੈਂ ਸਤੀਤ ਬਾਲੀ ਲੁਧਿਆਣਾ ਸਿਟੀ ਲਾਈਫ ਤੋਂ ਗੈਸਪੁਰਾ ਪਾਰਕ 33 ਫੁੱਟਾ ਰੋਡ ਉੱਥੇ ਜਿਹੜਾ ਮੇਲਾ ਲਗਾਇਆ ਗਿਆ ਬਹੁਤ ਅੱਛੇ ਢੰਗ ਦੇ ਨਾਲ ਲਗਾਇਆ ਗਿਆ ਉਹਨਾਂ ਦੀ ਰੇਖ ਦੇਖ ਕਰ ਰਹੇ ਨੇ ਸਾਡੇ ਮੁਕੇਸ਼ ਭਾਅ ਜੀ ਔਰ ਮੇਲੇ ਦੇ ਪ੍ਰਧਾਨ ਸਾਹਿਬ ਉਹਨਾਂ ਨੂੰ ਵੀ ਤੁਹਾਨੂੰ ਮਿਲਾਵਾਂਗੇ ਪਰ ਉਹਨਾਂ ਦਾ ਇੰਤਜ਼ਾਮ ਦੇਖੋ ਬਹੁਤ ਵਧੀਆ ਮੇਲਾ ਅਤੇ ਬਹੁਤ ਭਾਰੀ ਮੇਲਾ ਲੱਗਿਆ ਬਹੁਤ ਵੱਡਾ ਮੇਲਾ ਲੱਗਿਆ ਅਤੇ ਡਰਨ ਦੀ ਕੋਈ ਗੱਲ ਨਹੀਂ ਹੈਗੀ ਪੂਰਾ ਅੱਛੀ ਤਰੀਕੇ ਨਾਲ ਇੰਤਜ਼ਾਮ ਕੀਤਾ ਗਿਆ ਸਾਰੇ ਚੀਫ ਗੈਸਟ ਉੱਥੇ ਪਹੁੰਚਣਗੇ ਅਤੇ ਅਸੀਂ ਬੇਨਤੀ ਕਰਦੇ ਹਾਂ ਕਿ ਡਰਨ ਵਾਲੀ ਕੋਈ ਗੱਲ ਨਹੀਂ ਆਪਣੇ ਪਰਿਵਾਰ ਨੂੰ ਲੈ ਕੇ ਆਓ ਹਰ ਤਰੀਕੇ ਦਾ ਝੂਲਾ ਹਰ ਦੁਕਾਨਾਂ ਲਗਾਈਆਂ ਗਈਆਂ ਨੇ ਬਹੁਤ ਤਰੀਕੇ ਨਾਲ ਸਜਾਈਆਂ ਗਈਆਂ ਨੇ ਅਤੇ ਸਿਟੀ ਲਾਈਵ ਲੁਧਿਆਣਾ ਸਿਟੀ ਲਾਈਵ ਤੋਂ ਮੈਂ ਸਤੀਸ਼ ਵਾਲੀ ਜੀ ਕੈਮਰਾਮੈਨ ਹਾਕਮ ਕਾਂਗੜ ਜੀ ਜ਼ਰੂਰ ਆਓ ਜੀ ਕੱਲ੍ਹ ਨੂੰ ਦੁਸਹਿਰਾ ਮਨਾਇਆ ਜਾ ਰਿਹਾ ਅਤੇ ਰਾਵਣ ਵੀ ਇੱਥੇ ਫੂਕਿਆ ਜਾਏਗਾ ਡਰਨ ਵਾਲੀ ਕੋਈ ਗੱਲ ਨਹੀਂ ਆਪਣੇ ਨਾਮ ਕਿਆ ਹੈ ਜੀ ਆਪਣਾ ਮੁਲਕਾਨ ਜੈਨ ਅੱਛਾ ਕਿੰਨੇ ਸਾਲ ਉੱਥੇ ਕਰ ਰਹੇ 18 ਸਾਲ ਅੱਛਾ ਜੀ ਜੋ 2 ਸਾਲ ਲੋਕਡਾਊਨ ਮੈਂ ਕਿੰਨਾ ਫਰਕ ਪੜਾ ਜੀ ਪਬਲਿਕ ਦਾ ਬਹੁਤ ਅਧਿਕ ਫਰਕ ਅੱਛਾ ਜੀ ਇਹ ਆ ਸਮਾਪਤੀ ਹੋਗਾ ਜੀ ਕੱਲ ਕੱਲ ਸਮਾਪਤੀ ਕਿੰਨੇ ਮੈਂਬਰ ਹੈ ਜੋ ਚਲਾ ਰਹੇ ਹੈ ਇਸ ਨੂੰ 11 ਮੈਂਬਰ ਹੈ ਜੀ 11 ਮੈਂਬਰ ਹੈ ਉਹਨਾਂ ਦਾ ਨਾਮ ਬੋਲੀਏ ਜਰਾ ਜੋ ਪ੍ਰਧਾਨ ਹੈ ਆਪਕਾ ਜੋ ਸੇਵਾਦਾਰ ਹੈ ਸਭ ਦਾ ਨਾਮ ਬੋਲੋ ਸਭ ਸੇਵਾਦਾਰ ਹੀ ਹੈ ਇਸ ਵਿੱਚ ਕੋਈ ਪ੍ਰਧਾਨ ਨਹੀਂ ਹੈ ਨਾ ਸਭ ਸੇਵਾਦਾਰ ਕਿੰਨੇ ਸਾਲ ਉੱਤੇ ਕਰ ਰਹੇ ਹੋ 18 ਸਾਲ 11 ਮੈਂਬਰ ਕਰ ਰਹੇ ਹੋ ਕੱਲ੍ਹ ਸਮਾਪਤੀ ਹੋ ਜਾਏਗਾ ਜੀ ਕੱਲ੍ਹ ਸਮਾਪਤੀ ਹੋ ਜਾਏਗਾ ਆਪ ਕਿਆ ਤਿਆਰੀ ਚੱਲ ਰਹੀ ਜੀ ਫਿਲਹਾਲ ਜੋ ਆਪ ਇਹ ਕਰ ਰਹੇ ਹੋ ਹਵਨ ਦਾ ਤਿਆਰੀ ਚੱਲ ਰਿਹਾ ਜੀ ਕੱਲ ਕਿੰਨੇ ਵਜੇ ਸਮਾਪਤੀ ਹੋ ਜਾਏਗਾ ਜੀ ਸਮਾਪਤੀ ਤੋਂ ਵਿਸਰਜਨ ਤੋਂ ਸੁਬਹੇ ਹੋ ਜਾਏਗਾ 12 ਵਜੇ ਬਾਰਾਂ ਵਜੇ ਚੱਲੇਗਾ ਐਸੇ ਥੋੜ੍ਹਾ ਮੇਲਾ ਉਲਾ ਕੋ ਲੈ ਕਰਕੇ ਸ਼ਾਮ ਤੱਕ ਚੱਲੇ ਪ੍ਰਸਾਦ ਮੈਂ ਕਿਆ ਕਿਆ ਦੇ ਰਹੇ ਹੋ ਜੀ ਪ੍ਰਸਾਦ ਮੈਂ ਮਿਸਰੀ ਦੇ ਰਹੇ ਅੱਛਾ ਜੀ ਹੋਰ ਕੋਈ ਫਲ ਫੁੱਲ ਫਲ ਫੁੱਲ ਕੇਲਾ ਸੇਬ ਇਹ ਸਭ ਆਟ ਜੈਕਾਰੇ ਲਗਾ ਦੋ ਜੀ ਇੱਕ ਵਾਰ ਦੁਰਗਾ ਮਾਤਾ ਕੀ ਜੈ